ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਖਾਣੇ ਜਿਹਨਾਂ ਨੇ ਬਣਾਏ ਹੈਗੇ ਹੈ ਪਤਾ ਨਹੀਂ ਕੀ ਕੀ ਇਹਨਾਂ ਨੇ ਕੱਲ ਦੇ ਲੱਗੇ ਹੋਏ ਬੰਦੇ ਹਾਂਜੀ ਇਹਨਾਂ ਨੇ ਇੰਨੀ ਮਿਹਨਤ ਨਾਲ ਤੁਹਾਡੇ ਵਾਸਤੇ ਸਜਾਵਟ ਕੀਤੀ ਹੈਗੀ ਹੈ ਤੇ ਪਲੀਜ਼ ਉਸ ਚੀਜ਼ ਦਾ ਆਦਰ ਕਰਦੇ ਹੋਏ ਮੈਂ ਬੇਨਤੀ ਕਰਦਾ ਸਾਰਿਆਂ ਤੋਂ ਪਲੀਜ਼ ਸਰ ਆਪਣੀ ਆਪਣੀ ਜਗ੍ਹਾ ਤੇ ਤਸ਼ਰੀਫ਼ ਰੱਖਣ ਕੁਰਸੀਆਂ ਤੇ ਤਸ਼ਰੀਫ਼ ਰੱਖਣ ਪਲੀਜ਼ ਤੇ ਜਦ ਤੱਕ ਖਾਣਾ ਪੂਰਾ ਨਹੀਂ ਹੁੰਦਾ ਪਲੀਜ਼ ਉੱਠਿਓ ਨਾ ਕਿਉਂਕਿ ਦੇਵ ਥਾਲੀ ਹੈ ਤਾਂ ਕੋਈ ਜਾਣਾ